ਸ਼ਾਹ ਲੁਬਾਣਾ ਜੀ ਦਾ ਅਕਾਲ ਚਲਾਣਾ ਕਿੱਥੇ ਹੋਇਆ ਸੀ? ਮੱਖਣ ਸ਼ਾਹ ਲੁਬਾਣਾ ਜੀ ਦਾ ਅਕਾਲ ਚਲਾਣਾ ਕਿੱਥੇ ਹੋਇਆ ਸੀ? ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ, ਜਿਨ੍ਹਾਂ ਨੂੰ ਨਹੀਂ ਪਤਾ ਕੁਛ ਸਕਦੇ ਵੇਟ ਕਰੋ, ਜਲਦ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ। ਮੱਖਣ ਸ਼ਾਹ ਲੁਬਾਣਾ ਜੀ ਜਿਨ੍ਹਾਂ ਨੇ ਕਿਹਾ ਸੀ ਗੁਰਲਾਦੋ ਰੇ ਗੁਰਲਾਦੋ ਰੇ, ਅਤੇ ਇਹਨਾਂ ਦਾ ਅਕਾਲ ਚਲਾਣਾ ਹੋਇਆ ਸੀਗਾ ਜੀ ਪਿੰਡ ਰਾਜਪਾਲ, ਹਾਂਜੀ, ਜ਼ਿਲ੍ਹਾ ਸਿਆਲਕੋਟ, ਜੋ ਕਿ ਇਸ ਸਮੇਂ ਪਾਕਿਸਤਾਨ ਵਿਖੇ ਹੈ। ਬਿਲਕੁਲ ਸਹੀ, ਸਹੀ ਜਵਾਬ ਹੈ ਜੀ। ਹਾਂਜੀ, ਅਗਲਾ ਸਵਾਲ ਜੀ। ਸੋ ਆਪਣਾ ਅਗਲਾ ਸਵਾਲ ਹੈ ਜੀ, ਗੁਰੂ ਰਾਮਦਾਸ ਜੀ ਕਿਸ ਗੁਰੂ ਸਾਹਿਬ ਜੀ ਦੇ ਦਾਦਾ ਜੀ ਸਨ? ਵਾਹਿਗੁਰੂ ਵਾਹਿਗੁਰੂ। ਗੁਰੂ ਰਾਮਦਾਸ ਜੀ ਕਿਸ ਗੁਰੂ ਸਾਹਿਬ ਜੀ ਦੇ ਦਾਦਾ ਜੀ ਸਨ? ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ। ਇਹ ਵੀਡੀਓ ਬੱਚਿਆਂ ਨਾਲ ਸਾਂਝਾ ਜ਼ਰੂਰ ਕਰੋ ਤਾਂ ਕਿ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ। ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਰਾਮਦਾਸ ਜੀ ਕਿਸ ਗੁਰੂ ਸਾਹਿਬ ਜੀ ਦੇ ਦਾਦਾ ਜੀ ਸਨ। ਬੜੇ ਮਾਣ ਵਾਲੀ ਗੱਲ ਹੈ। ਦੇਖੋ, ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਉਹ ਸਨ ਜੀ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ, ਅਤੇ ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ। ਤਾਂ ਇਹ ਤੋਂ ਕੀ ਪਤਾ ਲੱਗਦਾ ਹੈ ਕਿ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਜੀ ਸਨ? ਬਹੁਤ ਡੀਪਲੀ ਸਟੱਡੀ ਕੀਤੀ ਹੈ। ਨਹੀਂ, ਦੇਖੋ ਕਿੰਨੀ ਮਾਣ ਵਾਲੀ ਗੱਲ ਹੈ। ਦੇਖੋ ਜੀ, ਉਹਨਾਂ ਦੇ ਪੁੱਤਰ ਵੀ ਅਤੇ ਉਹਨਾਂ ਦਾ ਪੋਤਰਾ ਵੀ, ਦੋਨੋਂ ਹੀ ਗੁਰੂ। ਬਿਲਕੁਲ, ਠੀਕ ਹੈ ਜੀ। ਅਗਲਾ ਸਵਾਲ ਜੀ। ਆਪਣਾ ਅਗਲਾ ਸਵਾਲ ਹੈ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਕੌਣ ਸਨ? ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਕੌਣ ਸਨ? ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਕੌਣ ਸਨ? ਹਾਂਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੌਣ ਸਨ? ਸਭ ਤੋਂ ਪਹਿਲਾਂ ਤਾਂ ਇਹ ਦੇਖੋ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਨ ਜੀ ਅੱਠਵੇਂ ਪਾਤਸ਼ਾਹ। ਹਾਂਜੀ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਅਤੇ ਉਹਨਾਂ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ। ਬਿਲਕੁਲ ਸਹੀ, ਠੀਕ ਹੈ ਜੀ। ਹੁਣ ਕਈ ਲੋਕ ਇਹ ਕਹਿਣਗੇ ਕਿ ਤੁਸੀਂ ਇੱਕ ਵਾਰ ਕਿਹਾ ਸੀਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜਿਹੜੇ ਦਾਦਾ ਜੀ ਸਨ, ਕੀ ਸਾਡਾ ਸਵਾਲ ਸੀਗਾ ਕਿਸ ਗੁਰੂ ਸਾਹਿਬ ਜੀ ਨੇ ਆਪਣੇ ਦਾਦਾ ਜੀ ਨੂੰ ਗੁਰਗੱਦੀ ਦਿੱਤੀ ਸੀ? ਅਸੀਂ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ, ਅਤੇ ਹੁਣ ਤੁਸੀਂ ਕਹਿ ਰਹੇ ਹੋ ਬਾਬਾ ਗੁਰਦਿੱਤਾ ਜੀ। ਇਹਦਾ ਜਵਾਬ ਇਹ ਹੈ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਹੜੇ ਦਾਦਾ ਜੀ ਸਨ ਉਹ ਸੀਗੇ ਬਾਬਾ ਗੁਰਦਿੱਤਾ ਜੀ, ਅਤੇ ਬਾਬਾ ਗੁਰਦਿੱਤਾ ਜੀ ਦੇ ਭਾਈ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ, ਅਤੇ ਇਸ ਪ੍ਰਕਾਰ ਨਾਲ ਰਿਸ਼ਤੇ ਦੇ ਵਿੱਚ ਉਹ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਹੀ ਲੱਗਦੇ ਸਨ। ਬਿਲਕੁਲ ਜੀ, ਠੀਕ ਹੈ। ਸੋ ਇਸ ਸਵਾਲ ਦਾ ਸਹੀ ਜਵਾਬ ਜਿਹੜਾ ਆਏਗਾ ਉਹ ਇਹ ਆਏਗਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ, ਅਤੇ ਬਾਬਾ ਗੁਰਦਿੱਤਾ ਜੀ ਕਿਹਨਾਂ ਦੇ ਸਪੁੱਤਰ ਸਨ ਜੀ? ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਜੀ, ਅਗਲਾ ਸਵਾਲ ਜੀ। ਆਪਣਾ ਅਗਲਾ ਸਵਾਲ ਹੈ ਜੀ, ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਕਿਹੜਾ ਹੈ? ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਕਿਹੜਾ ਹੈ? ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ। ਮੈਂ ਤੁਹਾਨੂੰ ਇੱਥੇ ਚਾਰ ਆਪਸ਼ਨ ਵੀ ਦੇਣਾ ਚਾਹਾਂਗੀ। ਅੱਛਾ ਜੀ, ਇਹ ਤਾਂ ਬਹੁਤ ਵਧੀਆ ਗੱਲ ਹੈ ਜੀ, ਤੁਹਾਨੂੰ ਚੋਇਸ ਕਰਨ ਵਿੱਚ ਸੌਖਾ ਹੋਊਗਾ। ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੋ ਤੁਹਾਡਾ ਪਹਿਲਾ ਆਪਸ਼ਨ ਹੈਗਾ ਜੀ ਅੰਮ੍ਰਿਤਸਰ ਸਾਹਿਬ, ਤੇ ਦੂਸਰਾ ਆਪਸ਼ਨ ਹੈਗਾ ਜੀ ਅਨੰਦਪੁਰ ਸਾਹਿਬ, ਤੇ ਤੀਸਰਾ ਆਪਸ਼ਨ ਹੈਗਾ ਜੀ ਗੋਇੰਦਵਾਲ ਸਾਹਿਬ, ਤੇ ਚੌਥਾ ਆਪਸ਼ਨ ਹੈਗਾ ਜੀ ਨਨਕਾਣਾ ਸਾਹਿਬ। ਜ਼ਿਆਦਾਤਰ ਜਿਹੜੇ ਕਮੈਂਟ ਆਉਣਗੇ ਮੈਨੂੰ ਇਹ ਲੱਗਦਾ ਕਿ ਉਹ ਨਨਕਾਣਾ ਸਾਹਿਬ ਦੇ ਨਾਮ ਤੋਂ ਆਉਣਗੇ। ਕਿਉਂ ਜੀ? ਕਿਉਂਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਹੋਇਆ ਸੀਗਾ। ਸਾਰੇ ਕਹਿਣਗੇ ਕਿ ਸਿੱਖ ਧਰਮ ਦਾ ਕੀ ਸੀਗਾ ਸਵਾਲ, ਕੀ ਸੀਗਾ? ਧਾਰਮਿਕ ਕੇਂਦਰ, ਧਾਰਮਿਕ ਕੇਂਦਰ ਜਿਹੜਾ ਹੈ ਨਨਕਾਣਾ ਸਾਹਿਬ ਹੋਏਗਾ, ਹੈ ਨਾ? ਲੇਕਿਨ ਨਹੀਂ, ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਜਿੱਥੇ ਕਿ ਮਤਲਬ ਧਰਮ ਪ੍ਰਚਾਰ ਸ਼ੁਰੂ ਕੀਤਾ ਗਿਆ, ਵੱਖ ਵੱਖ ਥਾਵਾਂ 'ਤੇ ਫਿਰ ਜਾ ਕੇ ਪ੍ਰਚਾਰ ਕੀਤਾ ਗਿਆ, ਉਹ ਜਿਹੜੀ ਜਗ੍ਹਾ ਜਿਹੜੀ ਸੀ ਉਹ ਸੀਗੀ ਜੀ ਗੋਬਿੰਦਵਾਲ ਸਾਹਿਬ। ਧਾਰਮਿਕ ਕੇਂਦਰ, ਪਹਿਲਾ ਧਾਰਮਿਕ ਕੇਂਦਰ ਜਿਹੜਾ ਸੀਗਾ ਉਹ ਗੋਬਿੰਦਵਾਲ ਸਾਹਿਬ ਸੀਗਾ। ਮੈਂ ਤੁਹਾਨੂੰ ਇਹ ਵੀ ਦੱਸਦਾ ਜੀ, ਗੋਬਿੰਦਵਾਲ ਸਾਹਿਬ ਬਣਨ ਤੋਂ ਪਹਿਲਾਂ ਲੋਕ ਵੱਖ ਵੱਖ ਜਿਹੜੇ ਹੋਰ ਧਾਰਮਿਕ ਸਥਾਨ ਹੈਗੇ ਨੇ, ਠੀਕ ਹੈ, ਤੀਰਥਾਂ ਦੇ ਵਿੱਚ ਜਾ ਕੇ ਉੱਥੇ ਇਸ਼ਨਾਨ ਕਰਿਆ ਕਰਦੇ ਸਨ, ਲੇਕਿਨ ਗੋਬਿੰਦਵਾਲ ਸਾਹਿਬ ਬਣਨ ਤੋਂ ਬਾਅਦ ਉੱਥੇ ਇਸ਼ਨਾਨ ਕਰਨਾ ਜਿਹੜਾ ਹੈ ਸਟਾਰਟ ਕੀਤਾ ਗਿਆ। ਹਾਂਜੀ, ਠੀਕ ਹੈ ਜੀ। ਅਗਲਾ ਸਵਾਲ ਜੀ। ਸੋ ਆਪਣਾ ਅਗਲਾ ਸਵਾਲ ਵੀ ਇਸ ਨਾਲ ਮਿਲਦਾ ਜੁਲਦਾ ਜੀ, ਗੋਬਿੰਦਵਾਲ ਸਾਹਿਬ ਵਿਖੇ ਬਣੀ ਬੋਇਲੀ ਵਿਖੇ ਕਿੰਨੀਆਂ ਪੌੜੀਆਂ ਸਨ? ਬੋਲੀ
ਬੋਲੀ ਸਾਹਿਬ, ਬੋਲੀ ਵਿਖੇ ਕਿੰਨੀਆਂ ਪੌੜੀਆਂ ਸਰ? ਇਹ ਥੋੜਾ ਉਚਾਰਨ ਦਾ ਕਈ ਵਾਰ ਫਰਕ ਰਹਿ ਜਾਂਦਾ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਗੋਬਿੰਦਵਾਲ ਸਾਹਿਬ ਵਿਖੇ ਬਣੀ ਬੋਲੀ, ਬੋਲੀ ਸਾਹਿਬ ਆਪਾਂ ਕਹਿੰਦੇ ਹਾਂ ਬੋਲੀ, ਹੈ ਨਾ, ਤੇ ਉਹਦੇ ਵਿੱਚ ਕਿੰਨੀਆਂ ਪੌੜੀਆਂ ਹਨ ਜਿਹਨਾਂ ਨੂੰ ਪਤਾ, ਜਿਹਨਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੀ ਹੋਏਗਾ ਜੀ। ਤੇ ਇਸ ਸਵਾਲ ਦਾ ਸਹੀ ਜਵਾਬ ਹੈ 84 ਪੌੜੀਆਂ। ਹਾਂਜੀ, ਠੀਕ ਹੈ। ਇਸੇ ਦੀ ਮੈਂ ਗੱਲ ਕਰ ਰਿਹਾ ਸੀਗਾ, ਇਸੇ ਬੋਲੀ ਸਾਹਿਬ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਦੋਂ ਇਸ ਬੋਲੀ ਸਾਹਿਬ ਦੀ ਰਚਨਾ ਹੋਈ, ਉਸ ਤੋਂ ਪਹਿਲਾਂ ਲੋਕੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਸੀ। ਜਦੋਂ ਇਹ ਬੋਲੀ ਸਾਹਿਬ ਬਣ ਗਈ ਤਾਂ ਲੋਕਾਂ ਨੇ ਇੱਥੇ ਇਸ਼ਨਾਨ ਕਰਨਾ ਸ਼ੁਰੂ ਕੀਤਾ, ਸੰਗਤਾਂ ਨੇ। ਠੀਕ ਹੈ, ਖੈਰ ਅਗਲਾ ਸਵਾਲ। ਆਪਣਾ ਅਗਲਾ ਸਵਾਲ ਹੈ ਜੀ, ਗੋਬਿੰਦਵਾਲ ਸਾਹਿਬ ਕਿਸ ਦਰਿਆ ਦੇ ਕੰਡੇ ਤੇ ਵਸਿਆ ਹੋਇਆ ਹੈ? ਗੋਬਿੰਦਵਾਲ ਸਾਹਿਬ ਕਿਸ ਦਰਿਆ ਦੇ ਕੰਡੇ ਤੇ ਵਸਿਆ ਹੋਇਆ ਹੈ? ਜਿਹਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ, ਤੇ ਇਹਦਾ ਜਵਾਬ ਵੀ ਸਾਰਿਆਂ ਨੂੰ ਪਤਾ ਹੋਏਗਾ, ਖਾਸ ਕਰ ਉਹਨਾਂ ਨੂੰ ਜਿਹੜੇ ਕਿ ਇਸ ਥਾਂ ਤੇ ਗਏ ਨੇ ਦਰਸ਼ਨ ਕਰਕੇ ਆਏ। ਤੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਗੋਬਿੰਦਵਾਲ ਸਾਹਿਬ ਵਸਿਆ ਹੈ ਜੀ ਬਿਆਸ ਦਰਿਆ ਦੇ ਕੰਡੇ ਤੇ। ਹਾਂਜੀ, ਅਗਲਾ ਸਵਾਲ ਜੀ। ਸੋ ਆਪਣਾ ਅਗਲਾ ਔਰ ਆਖਰੀ ਸਵਾਲ ਹੈ ਜੀ, ਪਿੰਡ ਗੋਬਿੰਦਵਾਲ ਸਾਹਿਬ ਕਿਸ ਗੁਰੂ ਸਾਹਿਬ ਜੀ ਨੇ ਵਸਾਇਆ ਸੀ? ਪਿੰਡ ਗੋਬਿੰਦਵਾਲ ਸਾਹਿਬ ਕਿਸ ਗੁਰੂ ਸਾਹਿਬ ਜੀ ਨੇ ਵਸਾਇਆ ਸੀ? ਗੁਰੂ ਸਾਹਿਬ ਜੀ ਨੇ ਇੱਕ ਪਿੰਡ ਵਸਾਇਆ ਸੀ, ਗੁਰਦੁਆਰਾ ਸਾਹਿਬ ਬਾਅਦ ਵਿੱਚ ਸੁਸ਼ੋਭਿਤ ਹੋਇਆ। ਠੀਕ ਹੈ, ਤੇ ਜਿਹੜਾ ਇਹ ਪਿੰਡ ਗੋਬਿੰਦ ਸਾਹਿਬ ਵਸਾਇਆ ਸੀਗਾ, ਇਹ ਵਸਾਇਆ ਸੀਗਾ ਜੀ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਸਾਹਿਬ ਜੀ ਨੇ। ਬਿਲਕੁਲ ਸਹੀ, ਸਹੀ ਜਵਾਬ ਹੈ ਜੀ। ਹੋਰ ਕੋਈ ਸਵਾਲ ਜੀ? ਹਾਂਜੀ, ਅੱਜ ਦੀ ਵੀਡੀਓ ਸਿਰਫ ਇੰਨਾ ਹੀ। ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅਸੀਂ ਜਿੰਨੀ ਵੀ ਜਾਣਕਾਰੀ ਆਪਣੇ ਨਾਲ ਸਾਂਝੀ ਕਰਦੇ ਹਾਂ, ਸਾਡੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ, ਉਹਨਾਂ ਤਾਂ ਹੀ ਹੋਣੀ ਹੈ, ਸੁਭਾਵਿਕ ਹੈ। ਜੇ ਕੋਈ ਕਵੀ ਪੇਸ਼ੇ ਲੱਗੇ ਸਾਨੂੰ ਦੱਸੋ, ਸੁਧਾਰ ਕਰਾਂਗੇ। ਗੁਰਬਾਣੀ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ। ਇਹਨਾਂ ਕੀ ਬੇਨਤੀ ਪ੍ਰਵਾਨ ਕਰਨੀ, ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।